SSA ਰਮਸਾ ਮਾਡਲ ਅਤੇ ਆਦਰਸ਼ ਸਕੂਲ ਕਰਮਚਾਰੀਆਂ ਦੀ ਤਨਖਾਹ ਵਿੱਚ 65% ਤੋਂ 75% ਤਨਖਾਹ ਕਟੌਤੀ ਦੇ ਮੁੱਦੇ ਤੇ ਅੱਜ SSA ਰਮਸਾ ਅਧਿਆਪਕ ਯੂਨੀਅਨ ਪੰਜਾਬ ਅਤੇ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਵੱਲੋਂ ਸੂਬਾ ਆਗੂਆਂ ਹਰਦੀਪ ਸਿੰਘ ਟੋਡਰਪੁਰ, ਹਰਜੀਤ ਸਿੰਘ ਜੀਦਾ ਅਤੇ ਡਾਕਟਰ ਅੰਮ੍ਰਿਤਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਬੀਤੇ ਦਿਨੀ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੀ ਤਿੱਖੀ ਪ੍ਰਤੀਕਿਰਿਆ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰੀ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟਾਂਕੇ ਨਕਲੀ ਤੱਥਾਂ ਅਤੇ ਅੰਕੜਿਆਂ ਨੂੰ ਪੇਸ਼ ਕਰਦਿਆਂ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਸਿੱਖਿਆ ਸਕੱਤਰ ਵੱਲੋਂ ਹੁਣ ਵਿਭਾਗੀ ਨਿਯਮਾਂ ਦੀ ਦੁਹਾਈ ਪਾਈ ਜਾ ਰਹੀ ਹੈ ਜੋ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ। ਉਨ੍ਹਾਂ ਕਿਹਾ ਕਿ ਇਸੇ ਸਕੱਤਰ ਵੱਲੋਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਹੁਣ ਸਮੇਂ ਕੀਤੀ ਇਹ ਭਰਤੀ ਬਾਰੇ ਕੇਂਦਰ ਨੇ ਅੱਧੀ ਦਰਜਨ ਤੋਂ ਵੱਧ ਪੱਤਰ ਜਾਰੀ ਕਰਦਿਆਂ ਇਹਨਾਂ ਅਧਿਆਪਕਾਂ ਨੂੰ ਵਿਭਾਗ ਦੇ ਅਧਿਆਪਕ ਆਖਦਿਆਂ ਪੰਜਾਬ ਸਰਕਾਰ ਵੱਲੋਂ ਬਣਾਏ ਵੱਖਰੇ ਕਾਡਰ ਨੂੰ ਗਲਤ ਦੱਸਦਿਆਂ ਇਸ ਗਲਤੀ ਨੂੰ ਤੁਰੰਤ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ, ਪਰ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਉਣਤਾਈਆਂ ਨੂੰ ਸੁਧਾਰਨ ਦੀ ਥਾਂ ਸਿੱਖਿਆ ਸਕੱਤਰ ਅਧਿਆਪਕਾਂ ਅਤੇ ਆਮ ਸਮਾਜ ਨੂੰ ਗਲਤ ਜਾਣਕਾਰੀਆਂ ਦੇ ਕੇ ਲੋਕਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੇ ਨੇ। ਤੁਸੀਂ ਖੁਦ ਮੰਗ ਕਰ ਰਹੇ ਹੋ ਵੀ ਉਹ ਇੱਕ ਸਿੰਗਲ ਦਸਤਾਵੇਜ਼ ਪ੍ਰੋਡਿਊਸ ਕਰ ਦੇਣ ਜਿਹੜਾ ਕਹਿੰਦਾ ਹੋਵੇ ਵੀ ਤਨਖਾਹ ਘਟਾ ਕੇ ਅਸੀਂ ਇਹਨਾਂ ਨੂੰ ਰੈਗੂਲਰ ਕਰ ਸਕਦੇ ਹਾਂ। ਇਸ ਕਰਕੇ ਸਭ ਤੋਂ ਪਹਿਲਾ ਦਸਤਾਵੇਜ਼ ਆ ਸਿੱਖਿਆ ਅਧਿਕਾਰ ਕਾਨੂੰਨ, ਕਾਂਗਰਸ ਦੇ ਸਮੇਂ ਪਾਰਲੀਮੈਂਟ ਆਫ ਇੰਡੀਆ ਨੇ ਪਾਸ ਕੀਤਾ। ਇਹ ਇੱਕ ਮੌਲਿਕ ਅਧਿਕਾਰ ਹੈ, ਇੱਕ ਫੰਡਾਮੈਂਟਲ ਰਾਈਟ ਹੈ। ਇਸ ਨੂੰ ਪੰਜਾਬ ਦਾ ਰਾਸ਼ਟਰਪਤੀ ਵੀ ਡਿਨਾਈ ਨਹੀਂ ਕਰ ਸਕਦਾ। ਇਹਨੂੰ ਅਸੀਂ ਤੁਹਾਨੂੰ ਮੇਲ ਕਰਾਂਗੇ ਦੀ ਕਾਪੀ। ਇਹਦਾ ਮਾਡਲ ਰੂਲ 18 ਕਹਿੰਦਾ ਕਿ ਕੱਚਾ ਅਧਿਆਪਕ ਕੋਈ ਹੋ ਨਹੀਂ ਸਕਦਾ, ਅਧਿਆਪਕ ਹੋਊਗਾ ਤਾਂ ਸਿਰਫ ਪਰਮਾਨੈਂਟ ਹੀ ਹੋਊਗਾ। ਦੂਸਰਾ ਰੂਲ ਕਹਿੰਦਾ 18(3) ਕਿ ਕਿਸੇ ਵੀ ਕਿਸਮ ਦੇ ਅਧਿਆਪਕ ਦੇ ਤਨਖਾਹ ਭੱਤਿਆਂ ਦੇ ਵਿੱਚ, ਮੈਡੀਕਲ ਫੈਸਿਲਿਟੀ ਦੇ ਵਿੱਚ, ਕਿਸੇ ਕਿਸਮ ਦੀ ਕੋਈ ਵੀ ਉਹਦੀ ਪੈਨਸ਼ਨ ਗ੍ਰੈਚੁਟੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਅੰਤਰ ਨਹੀਂ ਹੋ ਸਕਦਾ। ਇਹਦੇ ਮੁਤਾਬਕ ਜਿਹੜੀ ਸਾਡੀ ਭਰਤੀ ਸੀ, ਅਸੀਂ ਪ੍ਰਮੋਸ਼ਨ ਦੇ ਹੱਕਦਾਰ ਸੀ, ਅੱਜ ਨੂੰ ਅਸੀਂ ਲੈਕਚਰਰ ਲੱਗ ਜਾਣਾ ਸੀ, ਪਰ ਪੰਜਾਬ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ, ਸਾਨੂੰ ਜਾਣੀ ਇਹ ਰਾਈਟ ਆ ਜਿਹੜਾ ਇਹ ਇੰਪਲੀਮੈਂਟ ਨਹੀਂ ਕੀਤਾ। ਇੱਕ ਫੰਡਾਮੈਂਟ ਰਾਈਟ ਜਿਹੜਾ ਆਰਟੀਕਲ 21 ਇਹਦੇ ਤਹਿਤ ਦਰਜ ਹੈ ਸਾਡੇ ਸੰਵਿਧਾਨ ਦੇ ਵਿੱਚ, ਉਹਨੂੰ ਲਾਗੂ ਕਰਨ ਤੋਂ ਜਾਣੀ ਸਰਕਾਰ ਭੱਜੀ ਹੋਈ ਹੈ। ਇਸ ਤੋਂ ਅੱਗੇ ਗੱਲ ਜਿਹੜੀ ਸਾਥੀ ਹਰਦੀਪ ਨੇ ਵੀ ਗੱਲ ਕੀਤੀ, ਸਮੇਂ ਸਮੇਂ 'ਤੇ ਸੈਂਟਰ ਦੀਆਂ ਐਡਵਾਈਜ਼ਰੀਜ਼ ਆਉਂਦੀਆਂ ਰਹੀਆਂ, ਉਹਦੇ ਵਿੱਚੋਂ ਆਹ ਲੈਟਰ ਆ ਜਿਹੜਾ ਇਹ 4 ਮਾਰਚ 2013 ਨੂੰ ਆਇਆ ਹੋਇਆ ਲੈਟਰ ਹੈ। ਇਹ ਕਾਂਗਰਸ ਸਰਕਾਰ ਸਮੇਂ ਜਿਹੜਾ ਸੈਂਟਰ ਦੀ MHRD ਜਿਹੜੀ ਮਿਨਿਸਟਰੀ ਆ ਉਹਦੇ ਵੱਲੋਂ ਜਿਹੜੇ ਅੰਡਰ ਸੈਕਟਰੀ ਰਜਿੰਦਰ ਪ੍ਰਸ਼ਾਦ ਜੀ ਦੁਆਰਾ ਜਾਰੀ ਕੀਤਾ ਹੋਇਆ, ਤੁਸੀਂ ਇਸ ਨੂੰ ਪੜ੍ਹ ਕੇ ਦੇਖੋ। ਇਹਨੇ ਬਹੁਤ ਸਾਫ਼ ਕਹਿਤਾ ਵੀ SSA ਤਾਂ ਕੋਈ ਚੀਜ਼ ਨਹੀਂ ਹੈ, ਸਿਰਫ ਫੰਡ ਦੇਣਾ। ਜਿਹੜੇ ਸਕੂਲ ਨੇ ਉਹ ਵੀ ਵਿਭਾਗ ਦੇ ਨੇ, ਜਿਹੜੇ ਟੀਚਰ ਆ ਉਹ ਵੀ ਵਿਭਾਗ ਦੇ ਨੇ। ਇੱਕ ਤਰ੍ਹਾਂ ਦੇ ਨਾਲ ਸਰਕਾਰ ਰੈਗੂਲਰ ਟੀਚਰਾਂ ਨੂੰ ਦੁਬਾਰੇ ਰੈਗੂਲਰ ਟੀਚਰ ਕਰਨ ਦਾ ਬਲਫ ਕੀੜ ਰਹੀ ਹੈ ਅਤੇ ਤਨਖਾਹ ਕਟੌਤੀ ਲੈ ਕੇ ਆਈ ਹੈ। ਯਾਨੀ ਅਸੀਂ ਇੱਥੇ ਗੱਲ ਕਰਾਂਗੇ ਤੁਸੀਂ ਵੀ ਇਹ ਵੀ ਆਵਾਜ਼ ਉਠਾਉਣੀ ਜਿਹੜੀ ਬਣਦੀ ਹੈ। ਇਦੋਂ ਵੀ ਅੱਗੇ ਜਦੋਂ ਇਹ ਵੀ ਨਹੀਂ ਮੰਨੀ ਤਾਂ ਕੇਂਦਰ ਸਰਕਾਰ ਨੇ ਆਪਦੀ ਜਿਹੜੀ ਸਭ ਤੋਂ ਵੱਡੀ ਬਾਡੀ ਹੈ ਜਿਹਨੂੰ ਕਹਿੰਦੇ ਐਗਜ਼ੀਕਿਊਟਿਵ ਕਮੇਟੀ ਫਾਰ SSA ਮਿਸ਼ਨ, ਉਹਨੇ 1 ਜਨਵਰੀ 2014 ਨੂੰ ਆਪਦੀ ਰਿਪੋਰਟ ਨਸ਼ਰ ਕੀਤੀ, ਜਿਹਦੇ ਵਿੱਚ ਉਹਨਾਂ ਨੇ ਸੋਧ ਕਰਤੀ। ਜਾਣੀ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਹੁਣ ਵਾਪਰ ਰਹੀ ਹੈ। ਧੱਕੇ ਨਾਲ ਰੈਗੂਲਰਾਈਜੇਸ਼ਨ ਕਿਉਂ ਕੀਤੀ ਜਾ ਰਹੀ ਹੈ? ਜਾਣੀ ਇਹਦਾ ਆਨਸਰ ਇੱਥੇ ਆਉਂਦਾ ਕਿ ਉਹਨਾਂ ਨੇ ਕਹਿਤਾ ਕਿ ਸਟੇਟ ਦੇ ਵਿੱਚ ਸਿਰਫ ਇੱਕ ਹੀ ਕਿਸਮ ਦਾ ਕਾਡਰ ਹੋਊਗਾ। ਇੱਕ ਹੀ ਕਿਸਮ ਦਾ ਕਾਡਰ ਮਤਲਬ ਅਧਿਆਪਕ ਹੋਣਗੇ ਤਾਂ ਸਿਰਫ ਇੱਕ ਕਿਸਮ ਦੇ ਹੋਣਗੇ ਅਤੇ ਉਹ ਸਰਕਾਰੀ ਅਧਿਆਪਕ ਹੋਣਗੇ, ਉਹ ਵਿਭਾਗੀ ਅਧਿਆਪਕ ਹੋਣਗੇ। ਵੱਖਰਾ SSA ਕਾਡਰ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ। ਇਹ ਟੀਚਰ ਅੰਤਮ ਰੂਪ ਦੇ ਵਿੱਚ ਸਟੇਟ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ UT ਦੀ ਰਿਸਪੋਂਸੀਬਿਲਟੀ ਹੈ। ਚਾਹੇ ਉਹ ਇੱਕ ਪੈਸਾ ਵੀ ਨਾ ਦੇਣ, ਅਸੀਂ ਤਾਂ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ। ਇੱਕ ਤੁਹਾਨੂੰ ਹੋਰ ਦੱਸੀਏ, ਜਦੋਂ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਸ਼ੁਰੂ ਹੁੰਦਾ, ਉਸ ਪ੍ਰੋਜੈਕਟ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਸੈਂਟਰ ਅਤੇ ਸਟੇਟਾਂ ਦੇ ਵਿੱਚ ਬਕਾਇਦਾ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੁੰਦਾ, MOU, ਜਿਹੜਾ ਇੱਕ ਜਿਹਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੁੰਦਾ ਕਿ ਜੇ ਸੈਂਟਰ ਨੇ ਇਹ ਪ੍ਰੋਜੈਕਟ ਬੰਦ ਕਰਤਾ ਤਾਂ ਇਹ ਸਟੇਟ ਗੌਰਮੈਂਟ ਨੂੰ ਔਨ ਕਰਨਾ ਪਊ। ਸਾਡੇ ਸਾਥੀ ਤੁਹਾਨੂੰ ਜਵਾਬ ਦੇਣਗੇ। ਇਹ ਆਲਰੇਡੀ ਵਾਪਰ ਚੁੱਕਾ, ਅਸੀਂ ਕੋਈ ਨਵੀਂ ਗੱਲ ਨਹੀਂ ਕਰ ਰਹੇ, ਬਹੁਤ ਸਾਰੀਆਂ ਸਕੀਮਾਂ ਦੇ ਵਿੱਚ ਇਹ ਵਾਪਰਿਆ। ਇਸ ਦੇ ਨਾਲ ਹੀ ਉਸ ਤੋਂ ਬਾਅਦ 2016-17 ਦੇ ਜਦੋਂ ਪੈਪ ਦੇ ਮਿਨਟਸ
ਪ੍ਰੋਜੈਕਟ ਅਪਰੂਵਲ ਬੋਰਡ ਦੇ ਮਿੰਟ ਸੀ, ਉਹਨਾਂ ਨੇ ਫਿਰ ਲਿਖਿਆ ਕਿ ਇੱਕ ਹੀ ਕਿਸਮ ਦਾ ਕਾਡਰ ਹੋਣਾ ਚਾਹੀਦਾ, ਦੋ ਕਿਸਮ ਦਾ ਕਾਡਰ ਪਰਮਿਸੀਬਲ ਨਹੀਂ ਹੈ, SS ਦਾ ਵੱਖਰਾ ਕਾਡਰ ਨਹੀਂ ਹੋ ਸਕਦਾ, ਪੰਜਾਬ ਸਰਕਾਰ ਆ ਜਿਹੜਾ ਇਹ ਗਲਤੀ ਕੀਤੀ ਉਹਨੂੰ ਦਰੁਸਤ ਕਰੇ। ਇਹ ਗੱਲਾਂ ਫਿਰ ਵਾਰ ਵਾਰ ਆ ਗਈਆਂ, ਚੌਥੀ ਵਾਰ ਆ ਗਈ, ਪਰ ਹਜੇ ਵੀ ਨਹੀਂ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਹੁਣ ਬਹੁਤ ਸਖਤ ਹੋ ਗਈ ਉਹ ਸਖਤਾਈ ਕਰਕੇ, ਉਹਨਾਂ ਨੇ ਜਦੋਂ ਸਮਗਰ ਸ਼ਿਕਸ਼ਾ ਅਭਿਆਨ ਆਇਆ, ਅਸੀਂ ਉਹ ਦਸਤਾਵੇਜ਼ ਵੀ ਤੁਹਾਨੂੰ ਸ਼ੋਅ ਕਰਦੇ ਹਾਂ, ਜਦੋਂ ਸਮਗਰ ਸ਼ਿਕਸ਼ਾ ਅਭਿਆਨ ਆਇਆ ਉਹਨਾਂ ਨੇ ਬਹੁਤ ਸਾਫ਼ ਕਹਿਤਾ ਕਿ ਜੇਕਰ ਤੁਸੀਂ ਸਾਡੇ ਰੂਲ ਨਹੀਂ ਮੰਨੋਗੇ ਤਾਂ ਅਸੀਂ ਫੰਡ ਜਾਰੀ ਨਹੀਂ ਕਰਾਂਗੇ। ਹੁਣ ਇਹ ਪ੍ਰੋਬਲਮ ਆ ਗਈ ਇਹਨਾਂ ਨੂੰ ਕਿ ਜਾਂ ਤਾਂ ਇਹ ਟੀਚਿੰਗ ਕੈਡਰ ਇੱਕ ਕਿਸਮ ਦਾ ਕਰਨਗੇ, ਜਾਂ ਫਿਰ ਸੈਂਟਰ ਤੋਂ ਜਿਹੜੇ ਆਉਂਦੇ ਆ ਫੰਡ ਉਹਨਾਂ ਦੇ ਉੱਪਰ ਵਜੂਗੀ ਕਟੌਤੀ। ਉਹਨਾਂ ਨੇ ਫਿਰ ਲਿਖਤਾ ਕਿ ਸੈਂਟਰ ਦਾ ਸੈਂਕਸ਼ਨ ਕੀਤਾ ਕੋਈ ਟੀਚਰ ਨਹੀਂ ਹੈ, ਸਾਰੇ ਟੀਚਰ ਆ ਜਿਹੜੇ ਉਹ ਸਟੇਟ ਗੌਰਮੈਂਟ ਦੇ ਟੀਚਰ ਨੇ, ਇਹ ਦਸਤਾਵੇਜ਼ ਵੀ ਇਹ ਗੱਲ ਕਰਦਾ। ਯਾਨੀ ਇੱਥੋਂ ਤੱਕ ਸਾਡੇ ਕੋਲ ਇਹ ਬਹੁਤ ਸਬੂਤ ਨੇ ਜਿਹੜੇ ਬਹੁਤ ਠੋਸ ਨੇ, ਸੈਂਟਰ ਗੌਰਮੈਂਟ ਵੱਲੋਂ ਆਏ ਹੋਏ ਨੇ। ਇੱਕ ਜਿਹੜਾ ਕੱਲ੍ਹ ਸਿੱਖਿਆ ਮੰਤਰੀ ਦਾ ਸਿੱਖਿਆ ਸਕੱਤਰ ਜੀ ਦਾ ਬਿਆਨ ਆਇਆ ਕਿ ਅਸੀਂ ਕਾਂਗਰਸ ਗੌਰਮੈਂਟ ਦੇ ਸਮੇਂ ਜਿਹੜਾ ਕਾਨੂੰਨ ਸੀਗਾ, ਜਿਹਨੂੰ ਉਹ 15-1-15 ਦਾ ਨੋਟੀਫਿਕੇਸ਼ਨ ਕਹਿੰਦੇ ਆ, ਵੀ ਅਸੀਂ ਉਹਦੇ ਤਹਿਤ ਰੈਗੂਲਰ ਕੀਤੇ ਨੇ ਜੋ ਗਲਤ ਆ, ਇਹ ਤਾਂ ਡਿਫੀਟ ਕਰ ਗਿਆ। 15-1-15 ਦਾ ਨੋਟੀਫਿਕੇਸ਼ਨ ਆ ਜਿਹੜਾ, ਉਹ ਨੋਟੀਫਿਕੇਸ਼ਨ ਅੱਜ ਸਟੈਂਡ ਬਹੁਤ ਸਾਰੀਆਂ, ਇਹ ਪਹਿਲਾਂ ਰਾਜਸਥਾਨ ਦੇ ਵਿੱਚ ਰੱਦ ਹੋਇਆ, ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਰੱਦ ਹੋਇਆ, ਹੁਣ ਪੰਜਾਬ PSPCL ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਵੀ ਉਹ ਕੈਸ਼ ਹੋ ਚੁੱਕਾ, ਉਹਦੇ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਕੈਸ਼ ਹੋ ਚੁੱਕੇ ਨੇ। ਇਹ 15-1-15 ਦਾ ਨੋਟੀਫਿਕੇਸ਼ਨ ਆ ਜਿਹੜਾ ਰੱਦ ਹੋ ਚੁੱਕਾ ਹੈ, ਉਹ ਕਹਿੰਦੇ ਅਸੀਂ ਇਹਦੇ ਬਿਹਾਫ 'ਤੇ ਰੈਲੂ ਕਰਦੇ ਹਾਂ, ਹਾਲਾਂਕਿ ਇਹ ਗਲਤ ਹੈ। ਅਸਲ ਦੇ ਵਿੱਚ ਆਹ ਐਕਟ ਮੌਜੂਦ ਹੈ, 24 ਦਸੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਇੱਕ ਐਕਟ ਪਾਸ ਹੋਇਆ, ਜਿਹੜੇ ਐਕਟ ਨੇ ਕਿਹਾ ਕਿ ਜਿਹੜਾ ਇੰਪਲਾਈ ਰੈਗੂਲਰ ਕਰਨਾ ਅਸੀਂ, ਜਿਹਦੀ ਪ੍ਰੋਪਰ ਭਰਤੀ ਹੈ, ਸਾਡੀ ਸਾਰਿਆਂ ਦੀ ਭਰਤੀ ਪ੍ਰੋਪਰ ਐਡ ਆਈ ਹੋਈ ਹੈ, ਸਭ ਕੁਝ ਹੈ, ਤਾਂ ਉਸਨੇ ਕਿਹਾ ਕਿ ਉਹ ਅਸੀਂ 3 ਸਾਲਾਂ ਦਾ ਜਿਹਨੇ ਪੀਰੀਅਡ ਪੂਰਾ ਕਰ ਲਿਆ, ਉਹ ਜਿੰਨੀ ਤਨਖਾਹ ਲੈਂਦਾ ਉਹਨੂੰ ਓਨੀ ਤਨਖਾਹ ਮਿਲਦੀ ਰਹੂਗੀ, ਉਹਦੇ ਤਨਖਾਹ ਭੱਤਿਆਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾ ਸਕਦੀ। ਇਹ ਗੱਲ ਬਹੁਤ ਸਾਫ਼ ਹੈ ਅਤੇ ਇਹ ਇੱਕ ਬਕਾਇਦਾ ਵਿਧਾਨ ਸਭਾ ਦਾ ਪਾਸ ਕੀਤਾ ਹੋਇਆ ਐਕਟ ਹੈ, ਤੁਸੀਂ ਖੁਦ ਦੇਖੋ, ਲੀਗਲੀ ਦੇਖੋ, ਤੁਸੀਂ ਕਿਸੇ ਵਕੀਲ ਦੀ, ਕਿਸੇ ਕਾਨੂੰਨੀ ਮਾਹਰ ਦੀ ਜਦੋਂ ਅਸੀਂ ਰਾਏ ਲਵਾਂਗੇ, ਉਸ ਰਾਏ ਦੇ ਤਹਿਤ ਇੱਕ ਪਾਸੇ ਇੱਕ ਵਿਧਾਨ ਸਭਾ ਦਾ ਪਾਸ ਕੀਤਾ ਹੋਇਆ ਐਕਟ ਹੈ ਜਿਹਨੂੰ ਸਾਡੇ ਮਾਣਯੋਗ ਗਵਰਨਰ ਨੇ ਆਪਦੀ ਪ੍ਰਵਾਨਗੀ ਦਿੱਤੀ ਹੋਈ ਹੈ, ਇੱਕ ਪਾਸੇ ਇੱਕ ਕੈਬਨਰ ਦਾ ਜਸਟ ਡਿਸੀਜਨ ਹੈ, ਤਾਂ ਦੋਨਾਂ ਦੇ ਵਿੱਚੋਂ ਸਰਵਾਈਵ ਕਿਹੜਾ ਹੋਣਾ ਚਾਹੀਦਾ? ਡੈਫੀਨੇਟਲੀ ਕਿ ਸਰਵਾਈਵ ਉਹ ਹੋਣਾ ਚਾਹੀਦਾ ਜੋ ਸਾਡਾ ਐਕਟ ਪਾਸ ਹੋਇਆ ਹੈ। ਇਸ ਕਰਕੇ ਜੋ ਕੱਲ੍ਹ ਵੀ ਉਹਨਾਂ ਨੇ ਬਲਫ ਖੇਡਿਆ, ਜੋ ਅੱਖੀਂ ਘੱਟਾ ਪਾ ਰਿਹਾ, ਪੜ੍ਹੀ ਲਿਖੀ ਜਮਾਤ ਨੂੰ ਮੂਰਖ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਅਸੀਂ ਕਹਿੰਦੇ ਹਾਂ ਕਿ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਅਸੀਂ ਨਸ਼ਰ ਕਰ ਰਹੇ ਹਾਂ। ਇਹ ਕਾਨੂੰਨ ਕਹਿੰਦਾ, ਇਹ ਕਾਨੂੰਨ ਅੱਜ ਐਗਜ਼ਿਸਟ ਕਰਦਾ ਹੈ, ਇਹਦੇ ਉੱਪਰ ਕੋਈ ਸਟੇ ਨਹੀਂ ਹੈ, ਉਹ ਬਹੁਤ ਝੂਠ 'ਤੇ ਝੂਠ ਦਾ ਮਲੰਮਾ ਚਾੜਨ ਲੱਗੇ ਹੋਏ ਨੇ। ਇੱਥੋਂ ਤੱਕ ਗੱਲ ਅਸੀਂ ਦਸਤਾਵੇਜ਼ਾਂ ਦੀ ਕਰਦੇ ਹਾਂ। ਇੱਕ ਹੋਰ ਗੱਲ ਜਿਹੜੀ ਬਹੁਤ ਯਾਨੀ ਝੂਠ ਬੋਲਿਆ ਜਾ ਰਿਹਾ ਕਿ ਅਸੀਂ ਵੱਧ ਦੇ ਹੀ ਨਹੀਂ ਸਕਦੇ। ਮੰਨ ਲਓ 15-1-15 ਦਾ ਨੋਟੀਫਿਕੇਸ਼ਨ ਵੀ ਆਪਾਂ ਗੱਲ ਕਰ ਲਈਏ, ਉਹ ਕਹਿੰਦੇ ਇਹਦੇ ਤਹਿਤ ਵੱਧ ਨਹੀਂ ਦਿੱਤਾ ਜਾ ਸਕਦਾ। ਅਸੀਂ ਤੁਹਾਨੂੰ ਕਾਂਗਰਸ ਸਰਕਾਰ ਦੀ ਕੀਤੀ ਹੋਈ ਆਪਦੀ ਕਾਰਵਾਈ ਦਿਖਾਉਂਦੇ ਹਾਂ। 4 ਅਪ੍ਰੈਲ 2018 ਉਸ ਸਮੇਂ ਸਰ ਸਰਕਾਰ ਕਿਹਦੀ ਸੀ? ਕਾਂਗਰਸ ਦੀ ਸੀ। ਕਾਂਗਰਸ ਸਰਕਾਰ ਨੇ BDS ਅਤੇ MBA ਬੇਸਿਸ ਡਾਕਟਰਾਂ ਦੀ ਭਰਤੀ ਸਮੇਂ ਉਹਦੇ ਵਿੱਚ ਛੋਟ ਦੇ ਕੇ ਪੂਰੇ ਫੁੱਲ ਗ੍ਰੇਡ 'ਤੇ ਭਰਤੀ ਕੀਤੀ ਹੈ ਉਹਨਾਂ ਦੀ। ਇਹੋ ਜਿਹਾ ਕੋਈ ਮਾਮਲਾ ਨਹੀਂ ਹੈ ਕਿ ਉਹ ਵੱਧ ਨਹੀਂ ਦੇ ਸਕਦੇ, ਉਹ ਦੇ ਸਕਦੇ ਨੇ, ਉਹ ਪੂਰਾ ਫੁੱਲ ਗ੍ਰੇਡ ਵੀ ਦੇ ਸਕਦੇ ਨੇ, ਪਰ ਉਹ ਜਾਣਬੁੱਝ ਕੇ ਇਸ ਗੱਲ ਤੋਂ ਭੱਜ ਰਹੇ ਨੇ, ਬੇਵਕੂਫ ਬਣਾਉਣ ਦੀਆਂ ਚਾਲਾਂ ਖੇਡ ਰਹੇ ਨੇ। ਇਦੋਂ ਵੀ ਅਗਲੀ ਗੱਲ ਹੋਰ ਦੇਖੋ, ਤੁਸੀਂ ਵਾਰ ਵਾਰ ਸਾਡੀ ਭਰਤੀ ਨੂੰ ਕਿਹਾ ਜਾ ਰਿਹਾ, ਕਿਉਂਕਿ 15-1-15 ਦਾ ਨੋਟੀਫਿਕੇਸ਼ਨ ਆ ਜਿਹੜਾ, ਉਹ ਵੀ ਕਹਿੰਦਾ ਵੀ ਨਵੀਂ ਭਰਤੀ ਵੇਲੇ, ਉਹ ਕਹਿੰਦੇ PCS ਤੀਕਰ ਅਸੀਂ ਇਹ ਰੂਲ ਲਾਗੂ ਕਰਦੇ ਹੋਣਗੇ, ਪਰ ਉਹ ਨਵੀਂ ਭਰਤੀ 'ਤੇ ਹੋਣਗੇ। ਅਸੀਂ ਨਵੀਂ ਭਰਤੀ ਨਹੀਂ ਹਾਂ। ਜੇ ਨਵੀਂ ਭਰਤੀ ਹੋਣੀ ਸੀ ਤਾਂ ਐਡ ਕਿੱਥੇ ਹੈ? ਨਵੀਂ ਭਰਤੀ 'ਤੇ ਰਿਜ਼ਰਵੇਸ਼ਨ ਪਾਲਿਸੀ ਕਿੱਥੇ ਹੈ? ਰੋਸਟਰ ਕਿੱਥੇ ਹੈ? ਕਿਤੇ ਵੀ ਨਹੀਂ ਆਇਆ, ਨਾ ਪ੍ਰੋਸੈਸਿੰਗ ਹੋਈ ਹੈ ਕੋਈ ਇਸ ਕਿਸਮ ਦੀ। ਇਹ ਤਾਂ ਉਹਨਾਂ ਨੇ ਖੁਦ ਲਿਖਤਾ, ਦੇਖੋ ਖੁਦ ਲਿਖ ਕੇ ਮੈਂ ਸਰਕਲ ਕਰਨ ਲੱਗਿਆ। ਸੰਮਿਲਿਤ ਦਾ ਇੰਗਲਿਸ਼ ਦੇ ਵਿੱਚ ਜਿਹੜਾ ਮੀਨਿੰਗ ਆ, ਅਸੀਂ ਕਹਿੰਦੇ ਹਾਂ ਮਰਜਿੰਗ ਹੋ ਰਹੀ ਹੈ।
ਜਦੋਂ ਮਰਜਿੰਗ ਹੋ ਰਹੀ ਹੈ ਤਾਂ ਨਵੀਂ ਭਰਤੀ ਦਾ ਮਤਲਬ ਹੀ ਨਹੀਂ ਹੋ ਰਿਹਾ। ਜਦੋਂ ਕਿਸੇ ਚੀਜ਼ ਨੂੰ ਟੇਕ ਓਵਰ ਕਰਨਾ ਹੈ ਤਾਂ ਉਹਨੂੰ ਐਜ਼ ਇਟ ਇਜ਼ ਹੀ ਕਰਨਾ ਪੈਂਦਾ। ਇਹ ਇੱਕ ਵਾਰੀ ਨਹੀਂ, ਅਸੀਂ ਤੁਸੀਂ ਬੈਂਕਾਂ ਮਰਜ ਹੋਈਆਂ ਜਿਹੜੀਆਂ SBI ਦੇ ਵਿੱਚ ਕਿੰਨੀਆਂ ਬੈਂਕਾਂ ਦੀ ਮਰਜਿੰਗ ਹੋਈ, ਸਾਰਾ ਕੁਝ ਹੋਇਆ। ਤੁਸੀਂ ਉਹਨਾਂ ਬਾਰੇ ਡਾਟਾ ਕਢਾ ਕੇ ਦੇਖੋ, ਅੱਜ ਨਹੀਂ ਪਿੱਛੇ ਦੇਖ ਲਓ। ਜਦੋਂ ਇੰਦਰਾ ਗਾਂਧੀ ਗਵਰਨਮੈਂਟ ਦੇ ਸਮੇਂ 16 ਨੈਸ਼ਨਲਾਈਜ਼ ਕੀਤੀਆਂ ਗਈਆਂ ਬੈਂਕਾਂ, ਤੁਸੀਂ ਉਹਨਾਂ ਦਾ ਡਾਟਾ ਕਢਾ ਕੇ ਦੇਖ ਲਓ। ਪਟਿਆਲਾ ਤੋਂ ਕਮਲ ਦੂਆ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।